वाहिगुरु जी का खालसा, वाहिगुरु जी की फतेह। पंजाबियो, अज तुहाडे नाल गल करनी आ जो लगातार हमले हो रहे ने, लगातार दिनों दिन जिहड़ा सकंजा कसया जा रहा, ਕਿਵੇਂ ਘੱਟ ਗਿਣਤੀਆਂ ਦੇ ਨਾਲ ਧੱਕੇਸ਼ਾਹੀ ਜਿਹੜੀ ਇਸ ਮੁਲਖ ਦੇ ਅੰਦਰ ਹੋ ਰਹੀ ਆ ਤੇ ਕਿਵੇਂ ਰੋਜ਼ ਜਿਹੜੇ ਨਵੇਂ ਕਾਨੂੰਨ ਬਣ ਰਹੇ ਨੇ, ਨਵੀਂ ਤੋਂ ਨਵੀਂ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਆਰਡਿਨੈਂਸ ਲੈ ਕੇ ਆ ਰਹੀ ਆ, ਕਾਨੂੰਨ ਬਣਾ ਰਹੀ ਹੈ। ਸੋ ਅੱਜ ਆਪਾਂ ਗੱਲ ਕਰਨੀ ਹੈ ਜਿਹੜਾ ਸਾਂਝਾ ਸਿਵਲ ਕੋਡ ਆ, ਯੂਨੀਫਾਰਮ ਸਿਵਲ ਕੋਡ ਕਹਿ ਦਿੰਦੇ ਆ, ਉਹ ਤੇ ਗੱਲ ਕਰਨੀ ਆ। ਸੋ ਬੀਜੇਪੀ ਦੀ ਜਿਹੜੀ ਸਰਕਾਰ ਆ ਸੈਂਟਰ ਦੀ, ਉਹਨੇ 15 ਤਰੀਕ ਤੱਕ ਸੁਝਾਅ ਮੰਗੇ ਆ ਕਿ ਜਿਹੜਾ ਸਾਂਝਾ ਸਿਵਲ ਕੋਡ ਆ ਇਹਦੇ ਉੱਤੇ ਸੁਝਾਅ ਦਿੱਤੇ ਜਾਣ, ਜਾਣੇ ਭਾਵ ਪੂਰੇ ਦੇਸ਼ ਦੇ ਅੰਦਰ ਇੱਕ ਸਾਂਝਾ ਸਿਵਲ ਕੋਡ ਲਾਗੂ ਕਰ ਦਿੱਤਾ ਜਾਊਗਾ। ਤੇ ਇਹ ਜਿਹੜਾ ਸਾਂਝਾ ਸਿਵਲ ਕੋਡ ਆ ਇਹਦੇ ਬੜੇ ਖਤਰਨਾਕ ਜਿਹੜੇ ਨਤੀਜੇ ਨੇ ਸਾਨੂੰ ਭੁਗਤਣੇ ਪੈਣੇ ਆ, ਕਿਉਂਕਿ ਜਦੋਂ ਪੂਰੇ ਦੇਸ਼ ਦੇ ਅੰਦਰ ਜਿਵੇਂ ਆਪਾਂ ਪਹਿਲਾਂ ਦੇਖ ਰਹੇ ਹਾਂ ਕਿ ਇਹ ਜਿਹੜੀ ਹਕੂਮਤ ਆ ਲਗਾਤਾਰ ਇੱਕ ਦੇਸ਼ ਇੱਕ ਬੋਲੀ ਦੀ ਗੱਲ ਕਰਦੀ ਹੈ, ਇੱਕ ਰੰਗ ਦੀ ਗੱਲ ਕਰਦੀ ਹੈ, ਇੱਕ ਮੰਡੀ ਇੱਕ ਵਿਧਾਨ, ਇੱਕ ਚੋਣ ਇੱਕ ਨੇਤਾ ਇੱਕ ਪਾਰਟੀ, ਇਹ ਜਿਹੜਾ ਸਾਰਾ ਇੱਕ ਇੱਕ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਹ ਘੱਟ ਗਿਣਤੀਆਂ ਜਿਹੜੀਆਂ ਇਸ ਮੁਲਕ ਦੇ ਅੰਦਰ ਰਹਿੰਦੀਆਂ ਨੇ ਉਹਨਾਂ ਲਈ ਬੜਾ ਖਤਰਨਾਕ ਹੋਣਾ। ਜਿਵੇਂ ਸਿੱਖਾਂ ਦੇ ਆਪਣੇ ਰੀਤੀ ਰਿਵਾਜ ਨੇ, ਹਿੰਦੂਆਂ ਦੇ ਆਪਣੇ ਰੀਤੀ ਰਿਵਾਜ ਨੇ, ਮੁਸਲਮਾਨਾਂ ਦੇ ਆਪਣੇ ਰੀਤੀ ਰਿਵਾਜ ਨੇ, ਕੋਈ ਜਿਹੜੇ ਆਦਿਵਾਸੀ ਲੋਕ ਨੇ ਉਹਨਾਂ ਦੇ ਆਪਣੇ ਰੀਤੀ ਰਿਵਾਜ ਹੈ, ਪਰ ਇਹ ਸਾਰੇ ਕਾਸੇ ਨੂੰ ਰਲਗੜ ਕਰ ਦੇਣਾ ਚਾਹੁੰਦੇ ਆ, ਇੱਕੋ ਹੀ ਰੱਸੇ ਬੰਨ ਦੇਣਾ ਚਾਹੁੰਦੇ ਆ। ਜਿਵੇਂ ਆਪਾਂ ਬੜੇ ਲੰਮੇ ਸਮੇਂ ਤੋਂ ਸਿੱਖ ਰੌਲਾ ਪਾਉਂਦੇ ਆ ਰਹੇ ਆ ਕਿ ਜਿਹੜਾ ਆਨੰਦ ਮੈਰਿਜ ਐਕਟ ਆ, ਆਨੰਦ ਕਾਰਜ ਦਾ ਕਾਨੂੰਨ ਹੈ, ਜਦੋਂ ਆਪਾਂ ਵਿਆਹ ਰਜਿਸਟਰ ਕਰਾਉਣੇ ਆ ਤਾਂ ਆਪਾਂ ਨੂੰ ਹਿੰਦੂ ਮੈਰਿਜ ਐਕਟ ਦੇ ਅਧੀਨ ਆਪਣਾ ਵਿਆਹ ਰਜਿਸਟਰ ਕਰਾਉਣਾ ਪੈਂਦਾ। ਇਸ ਕਰਕੇ ਇਹਦੇ ਬੜਾ ਰੌਲਾ ਪੈ ਰਿਹਾ, ਬਹੁਤ ਵਾਰੀ ਗੱਲ ਹੈ ਜਿਹੜੀ ਉਹ ਉੱਠੀ ਆ ਵੱਡੇ ਪੱਧਰ ਦੇ ਉੱਤੇ, ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ਾਂ ਉੱਠੀਆਂ ਨੇ, ਸੁਪਰੀਮ ਕੋਰਟ ਦਾ ਵੀ ਕਿਹਾ ਹੋਇਆ, ਪਰ ਜਦੋਂ ਇਹ ਸਾਂਝਾ ਸਿਵਲ ਕੋਡ ਲੈ ਆਉਣਗੇ ਤਾਂ ਜਿਹੜੇ ਫਿਰ ਆਪਾਂ ਅੱਜ ਗੱਲ ਕਰਦੇ ਹਾਂ ਆਪਣੇ ਵੱਖਰੇ ਸੱਭਿਆਚਾਰ ਦੀ, ਆਪਣੀ ਬੋਲੀ ਦੀ, ਆਪਣੇ ਆਨੰਦ ਮੈਰਿਜ ਐਕਟ ਦੀ, ਸਭ ਕੁਛ ਨੇ ਖਤਮ ਹੋ ਜਾਣਾ। ਇਹ ਅਸਲ ਇਹ ਸਾਰਾ ਕੁਛ ਉਸ ਚੋਂ ਨਿਕਲਿਆ ਹੋਇਆ, ਜਿਵੇਂ ਪਹਿਲਾਂ ਇਹ NRC ਲੈ ਕੇ ਆਏ ਸੀ, AA ਲੈ ਕੇ ਆਏ ਜਿਹੜੇ ਕਾਨੂੰਨ ਘੱਟ ਗਿਣਤੀਆਂ ਦੇ ਖਿਲਾਫ, ਇਹ ਸਾਰੀ ਕਹਾਣੀ ਅਸਲ ਉਹਦਾ ਹੀ ਇੱਕ ਅਗਲਾ ਰੂਪ ਹੈ। ਇਹਨੂੰ ਵੱਖਰਾ ਕਰਕੇ ਨਾ ਦੇਖਿਆ ਜਾਵੇ, ਵੀ ਇਹ ਕੋਈ ਵੱਖਰੀ ਗੱਲ ਆ। ਸੋ ਬੜੀ ਗੰਭੀਰ ਚਿੰਤਾ ਵਾਲੀ ਗੱਲ ਆ ਸਾਨੂੰ, ਮੈਨੂੰ ਲੱਗਦਾ ਕਿ ਪਾਰਟੀਆਂ ਤੋਂ ਉੱਪਰ ਉੱਠ ਕੇ, ਅਸੀਂ ਕਿਸੇ ਵੀ ਪਾਰਟੀ ਨਾਲ ਜੁੜੇ ਹੋਗੇ, ਪਾਰਟੀਆਂ ਤੋਂ ਉੱਪਰ ਉੱਠ ਕੇ, ਧੜਿਆਂ ਤੋਂ ਉੱਪਰ ਉੱਠ ਕੇ ਅੱਜ ਸੋਚਣ ਦੀ ਲੋੜ ਹੈ ਤੇ ਇਹਦਾ ਸਖ਼ਤ ਵਿਰੋਧ ਕਰਨਾ ਚਾਹੀਦਾ ਘੱਟ ਗਿਣਤੀਆਂ ਨੂੰ, ਕਿ ਘੱਟ ਗਿਣਤੀਆਂ ਲਈ ਇਹ ਸਾਂਝਾ ਸਿਵਲ ਕੋਡ ਲਾਗੂ ਹੋ ਜਾਂਦਾ, ਇੱਕ ਇੱਕ ਕਰਕੇ ਇਹ ਸਾਰੇ ਕੁਛ ਨੂੰ ਇਹ ਜਜ਼ਬ ਕਰ ਦੇਣਾ ਚਾਹੁੰਦੇ ਆ, ਜਿਵੇਂ ਇੱਕ ਰੰਗ ਦੇ ਵਿੱਚ ਰੰਗ ਦੇਣਾ ਚਾਹੁੰਦੇ ਆ ਸਾਰੇ ਮੁਲਕ ਨੂੰ, ਸਾਰੇ ਲੋਕਾਂ ਨੂੰ। ਬਾਕੀ ਇੱਥੇ ਕਿੰਨੀਆਂ ਭਾਸ਼ਾਵਾਂ, ਕਿੰਨੇ ਵੱਖ ਵੱਖ ਸੱਭਿਅਤਾਵਾਂ ਦੇ ਲੋਕ ਜਿਨ੍ਹਾਂ ਦਾ ਆਪਣਾ ਸੱਭਿਆਚਾਰ ਆ, ਆਪਣੀ ਬੋਲੀ ਆ, ਆਪਣੀ ਪਛਾਣ, ਆਪਣਾ ਪਹਿਰਾਵਾ, ਪਰ ਇਹ ਇੱਕੋ ਦੇ ਵਿੱਚ ਰੰਗਣਾ ਚਾਹੁੰਦੇ ਆ, ਉਹਦੇ ਵਿੱਚੋਂ ਇਹ ਜਿਹੜਾ ਯੂਨੀਫਾਰਮ ਸਿਵਲ ਕੋਡ ਲੈ ਕੇ ਆਏ ਆ। ਪਰ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਜਿਹੜੀ ਗੱਲ ਕਰਨ ਵਾਲੀ ਆ, ਪਿੱਛੇ ਜੇ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਨੇ ਬਿਆਨ ਦਿੱਤਾ ਸੀ ਕਿ ਅਸੀਂ ਆਨੰਦ ਮੈਰਿਜ ਐਕਟ ਲਾਗੂ ਕਰਾਂਗੇ ਪੰਜਾਬ ਚ, ਪਰ ਉਹਦਾ ਜਿਹੜਾ ਅੱਜ ਬੌਸ ਹੈ ਜਿਹਦੇ ਇਸ਼ਾਰਿਆਂ ਤੇ ਨੱਚਦਾ ਹੈ ਅੱਜ ਪੰਜਾਬ ਦਾ ਮੁੱਖ ਮੰਤਰੀ, ਉਹ ਅੱਜ ਕੇਜਰੀਵਾਲ, ਉਹਦੀ ਜਿੰਨੀ ਜੁੰਡਲੀ ਹੈ, ਉਹ ਇਸ ਸਾਂਝੇ ਸਿਵਲ ਕੋਡ ਦੀ ਜਿਹੜਾ ਕਾਨੂੰਨ ਬਣਨ ਜਾ ਰਿਹਾ ਇਹਦੀ ਹਮਾਇਤ ਕਰ ਰਹੇ ਹੈ, ਖੁੱਲੇ ਤੌਰ ਤੇ ਹਮਾਇਤ ਕਰ ਰਹੇ ਹੈ। ਯਾਨੀ ਕਿ ਇਹਨਾਂ ਦਾ ਜ਼ੋਰ ਲੱਗਿਆ ਹੋਇਆ ਵੀ ਕਿਸੇ ਵੀ ਤਰੀਕੇ ਨਾਲ ਅਸੀਂ ਜਿਵੇਂ ਮੋਦੀ ਆਪਾਂ ਕਹਿੰਦੇ RSS ਵਿਚਾਰਧਾਰਾ ਦਾ ਜਾਂ ਉਹਨਾਂ ਦੀਆਂ ਨੀਤੀਆਂ ਨੂੰ ਲਾਗੂ ਕਰਦਾ, ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾ ਕੇ ਚੱਲਿਆ ਹੋਇਆ,
ਸੋ ਕੇਜਰੀਵਾਲ ਤੇ ਉਹਦੀ ਜੁੰਡਲੀ ਦਾ ਵੀ ਜ਼ੋਰ ਲੱਗਿਆ ਹੋਇਆ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਘੱਟ ਨਾ ਰਹਿ ਜਾਈਏ, ਅਸੀਂ ਆਪਣੇ ਆਪ ਨੂੰ ਆਰਐਸਐਸ ਦੇ ਜਿਹੜੇ ਵੱਡੇ ਨੇਤਾ ਨੇ ਉਹਨਾਂ ਕੋਲੇ ਦਸਾਈਏ ਕਿ ਅਸੀਂ ਮੋਦੀ ਨਾਲੋਂ ਵੀ ਤੁਹਾਡੇ ਜਿਹੜੇ ਕਾਨੂੰਨ ਆ ਤੁਸੀਂ ਜੋ ਲਾਗੂ ਕਰਨਾ ਚਾਹੁੰਦੇ ਇਸ ਮੁਲਕ ਦੇ ਅੰਦਰ, ਅਸੀਂ ਉਹ ਮੋਦੀ ਨੂੰ ਪਹਿਲਾਂ ਤੇਜ਼ੀ ਨਾਲ ਤੇ ਸਖਤੀ ਨਾਲ ਲਾਗੂ ਕਰਾ ਸਕਦੇ, ਤੁਸੀਂ ਸਾਡਾ ਸਾਥ ਦਿਓ। ਆਪਾਂ ਸਾਰਿਆਂ ਨੇ ਦੇਖਿਆ ਪਿੱਛੇ ਜੇ ਹੁਣ ਇਹ ਚੀਕਾਂ ਮਾਰਦਾ ਸੀ ਕੇਜਰੀਵਾਲ ਕਿ ਜੀ ਸੈਂਟਰ ਧੱਕਾ ਕਰ ਰਿਹਾ, ਸਰਕਾਰ ਧੱਕਾ ਕਰਦੀ ਹੈ, ਆਰਡੀਨੈਂਸ ਲਿਆ ਰਹੇ ਨੇ ਜੀ। ਇਹ ਸਾਰੀਆਂ ਪਾਰਟੀਆਂ ਦੀ ਇੱਕ ਸਾਂਝੀ ਮੀਟਿੰਗ ਹੋਈ ਬਿਹਾਰ ਦੇ ਵਿੱਚ, ਹੋਰ ਵੀ ਕਈ ਥਾਵਾਂ ਤੇ ਹੋਈ। ਉੱਥੇ ਜਿਹੜੀ ਉਹ ਫਾਰੂਕ ਅਬਦੁੱਲਾ ਦੀ ਪਾਰਟੀ ਹੈ ਜੰਮੂ ਕਸ਼ਮੀਰ ਵਾਲੇ ਉਮਰ ਅਬਦੁੱਲਾ ਐ ਸਾਹਮਣੇ ਕੇਜਰੀਵਾਲ ਬੈਠਾ ਸੀ, ਉਹਨੇ ਦਵੱਲਿਆ ਉੱਥੇ, ਇਹ ਕਹਿੰਦਾ ਤੂੰ ਅੱਜ ਰੌਲਾ ਪਾਉਂਦਾ ਪਿੱਟਦਾ ਹੈ, ਜਦੋਂ ਜੰਮੂ ਕਸ਼ਮੀਰ ਨੂੰ ਤੋੜ ਕੇ 370 ਨੂੰ ਤੋੜ ਕੇ ਹਟਾ ਕੇ ਇੱਕ ਪੂਰੇ ਸੂਬੇ ਦੇ 3 ਟੋਟੇ ਕਰ ਦਿੱਤੇ ਗਏ, ਯੂਟੀ ਬਣਾ ਦਿੱਤਾ ਗਿਆ, ਉਹਨਾਂ ਲੋਕਾਂ ਦੇ ਹੱਕ ਹਕੂਕ ਮਾਰ ਦਿੱਤੇ ਗਏ, ਉਦੋਂ ਤੂੰ ਮੋਦੀ ਨੂੰ ਟਵੀਟ ਕਰਕੇ ਵਧਾਈ ਦਿੱਤੀ ਸੀ ਤੇ ਹਮਾਇਤ ਕੀਤੀ ਸੀ ਕਿ ਜਿਹੜੀ 370 ਖਤਮ ਕਰ ਦਿੱਤੀ ਜਾਣੀ ਚਾਹੀਦੀ, ਅਸੀਂ ਇਸ ਗੱਲ ਦੇ ਹੱਕ ਚ। ਇਹ ਗੱਲ ਭਾਈ ਸਾਹਿਬ ਕੇਜਰੀਵਾਲ ਨੇ ਕਹੀ ਸੀ ਤੇ ਉੱਥੇ ਨੂੰ ਮੁੜ ਗਿਆ ਕੇਜਰੀਵਾਲ ਦੇ ਪਾਣੀ ਨੰਗਿਆ ਬੈਠੇ ਦੇ, ਖੜਾ ਸੋਣਾ ਔਖਾ ਹੋ ਗਿਆ ਬਿਹਾਰ ਜਿਹੜੀ ਮੀਟਿੰਗ ਸੀਗੀ, ਤੇ ਮੁੜ ਕੇ ਉੱਥੇ ਭੱਜ ਕੇ ਆਇਆ, ਜਿਹੜੀ ਉਦੋਂ ਬਾਅਦ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ ਵਿੱਚ ਵੀ ਜਾ ਕੇ ਬੈਠਾ ਨੀ ਕਿ ਸਾਡੀ ਗੱਲ ਨੀ ਜੀ ਕੀਤੀ। ਜਦੋਂ ਇਹਦਾ ਆਪਦੇ ਲੋਟ ਆਉਂਦਾ ਉਦੋਂ ਇਹ ਦੂਜੇ ਲੋਟ ਹੋ ਜਾਂਦਾ, ਜਦੋਂ ਗੱਲ ਦੂਜੀਆਂ ਗੱਲਾਂ ਘੱਟ ਗਿਣਤੀਆਂ ਤੇ ਆਉਂਦੀ ਹੈ ਉਦੋਂ ਇਹਦੀ ਨੀਤੀ ਹੋਰ ਹੁੰਦੀ ਹੈ। ਸੋ ਪੰਜਾਬ ਦੇ ਲੋਕੋ, ਤੁਹਾਨੂੰ ਮੈਂ ਵੋਟਾਂ ਵੇਲੇ ਵੀ ਇਹ ਗੱਲ ਕਹਿੰਦਾ ਰਿਹਾ ਕਿ ਇਹ ਇੱਕ ਮੋਦੀ ਨੂੰ ਆਪਾਂ ਹਰਾ ਕੇ ਦਿੱਲੀ ਆਏ ਹਾਂ, ਕਿਸਾਨੀ ਬਿੱਲਾਂ ਦੇ ਵਿੱਚ ਜਿਹੜੇ ਕਾਨੂੰਨ ਬਣੇ ਸੀ, ਦੂਜਾ ਮੋਦੀ ਨਾਲੋਂ ਵੀ ਖਤਰਨਾਕ ਹੈ, ਇਹ ਮੋਦੀ ਨਾਲੋਂ ਕਈ ਗੁਣਾ ਖਤਰਨਾਕ ਹੈ ਇਹ ਬੰਦਾ, ਪਰ ਸਾਡੇ ਸਮਝ ਨਹੀਂ ਪੈ ਰਹੀ ਇਹਨਾਂ ਗੱਲਾਂ ਦੀ। ਸਾਡੇ ਤਾਂ ਲੋਕ ਹਮਲੇ ਹੋਏ ਫਿਰਦੇ ਆ, ਉਹ 24 ਘੰਟੇ ਲਾਈਟ ਆ ਗਈ, ਉਹ 18 ਘੰਟੇ ਲਾਈਟ ਆ ਗਈ, ਵੀ ਲਾਈਟ ਕੋਈ ਨਵੀਂ ਆਈ ਹੈ? ਪਹਿਲਾਂ ਕਿਹੜਾ ਨਲਕੇ ਗੇੜ ਕੇ ਮੋਟਰਾਂ ਆਪਣਾ ਝੋਨਾ ਪਾਲਦੇ ਸੀ, ਪਹਿਲਾਂ ਵੀ ਲਾਈਟ ਤਾਂ ਆਉਂਦੀ ਸੀ। ਅਸੀਂ ਇੱਧਰ ਨੂੰ ਦੇਖਣਾ ਵੀ ਸਾਡਾ ਪਾਣੀ ਮੁੱਕ ਰਿਹਾ, ਇਹ ਆਪਦੇ ਬੰਦਿਆਂ ਤੋਂ ਖੜਾ ਕੇ ਵੀਡੀਓ ਜੀ ਬਣਾ ਲੈਂਦੇ ਆ, ਉਹ ਲਾਈਟ ਆ ਗਈ, ਉਹ ਲਾਈਟ ਆ ਗਈ, ਉਹ ਲਾਈਟ ਆ ਗਈ, ਇੰਨੀ ਲਾਈਟ ਪਾਣੀ ਆਮ ਕਰਤਾ, ਤੁਹਾਡੇ ਕੋਲ 12 ਸਾਲ ਦਾ ਪਾਣੀ ਹੈ, ਉਹਦੀ 5 ਸਾਲ ਚਮਕਾ ਲਓਗੇ, 7 ਚਮਕਾ ਲਓਗੇ, ਦੱਬ ਦਿਓ ਕਿੱਲੀ, ਜੇ 24 ਘੰਟੇ ਲਾਈਟ ਦੱਬੀ ਰੱਖਿਓ ਖੜਾਇਓ ਨਾ। ਹੋਰ ਤੁਸੀਂ ਇਹ ਥੋੜੀ ਮੰਗਣਾ ਵੀ ਸਾਨੂੰ ਨਹਿਰੀ ਪਾਣੀ ਦਿਓ, ਉਹ ਨਹਿਰੀ ਪਾਣੀ ਦਾ ਤੁਹਾਡਾ ਇਹ ਆਪਣਾ ਤੁਹਾਡਾ ਇਨਕਲਾਬੀ ਯੋਧਾ ਜਿਹੜਾ ਕਹਾਉਂਦਾ ਆਪਣੇ ਆਪ ਨੂੰ ਪੰਜਾਬ ਦਾ ਹਿਤੈਸ਼ੀ, ਉਹ ਆਸਥਾਨ ਗੰਗਾਨਗਰ ਜਾ ਕੇ ਕਹਿੰਦਾ ਕਿ ਮੈਂ ਤੁਹਾਨੂੰ ਜਿਹੜਾ ਇੰਦਰਾ ਗਾਂਧੀ ਨਹਿਰ ਰਾਹੀਂ 18,500 ਕਿਊਸਕ ਪਾਣੀ ਮੈਂ ਦਿੱਤਾ, ਮੈਂ ਛੱਡੂੰਗਾ, ਅਸੀਂ ਦੇਵਾਂਗੇ ਪਾਣੀ, ਉੱਥੇ ਵੋਟਾਂ ਲੈਣ ਦਾ ਮਾਰੀ ਮਾਰਾ ਇਹ ਪੰਜਾਬ ਦੀਆਂ ਆਪਣਾ ਰਾਜਸਥਾਨ ਦੇ ਵਿੱਚ ਪੰਜਾਬ ਦੇ ਹੱਕ ਵੇਚੀ ਜਾਂਦਾ, ਪਾਣੀ ਵੇਚੀ ਜਾਂਦਾ। ਇੱਥੇ ਤੁਹਾਨੂੰ ਛੱਡਤੀ ਬਿਜਲੀ, ਪਹਿਲਾਂ ਬਾਦਲਾਂ ਨੇ ਮੋਟਰਾਂ ਦੇ ਬਿੱਲ ਮਾਫ਼ ਕਰਤੇ, ਉਦੋਂ ਤੁਸੀਂ ਨਹਿਰੀ ਪਾਣੀ ਦਾ ਖਿਆਲ ਛੱਡਤਾ, ਹੁਣ ਇਹਨੇ ਤੁਸੀਂ ਕਹਿੰਦਾ ਵੀ 15 ਘੰਟੇ 16, 18, 20 ਘੰਟੇ ਦੇਤੀ, ਝਮੱਕਾ ਵੀ ਨਹੀਂ ਮਾਰੂ, ਕਹਿੰਦਾ ਇੰਨੀ ਲਾਈਟ ਦੇਵਾਂਗੇ, ਠੀਕ ਹੈ ਦੱਬੀ ਜਾਓ ਪੰਜਾਬ ਦਾ, ਖਤਮ ਕਰੋ, ਛੇਤੀ ਕਰੋ ਪੰਜਾਬ ਦਾ ਪਾਣੀ ਖਤਮ। ਤੁਹਾਡੇ ਦਾ ਉਹ ਹਾਲਾਤ ਆ ਪੰਜਾਬੀ ਕੋ, ਉਹ ਜਿਵੇਂ ਸਾਰਿਆਂ ਨੇ ਕਈਆਂ ਨੇ ਕਹਾਣੀਆਂ ਸੁਣੀ ਹੋਣੀ ਹੈ ਫੇਸਬੁੱਕਾਂ ਦੇ ਉੱਤੇ ਵੀ, ਕਿ ਉਹ ਕਹਿੰਦੇ ਭੇਡਾਂ ਨੂੰ ਕਿਹਾ ਸਿਆਲ ਜੇ ਚ ਕਿ ਸਾਨੂੰ ਐਤਕੀ ਕੰਬਲ ਦੇਵਾਂਗੇ, ਭੂਰੇ ਦੇਵਾਂਗੇ, ਤੁਹਾਨੂੰ ਖੇਸ ਬਣਾ ਕੇ ਦੇਵਾਂਗੇ, ਭੇਡਾਂ ਬੜੀਆਂ ਖੁਸ਼ ਹੋਈਆਂ ਕਿ ਹਾਂ ਐਤਕੀ ਨਜ਼ਾਰਾ ਆਊਗਾ, ਸਿਆਲ ਚ ਠੰਡ ਮਰ ਜਾਂਦੀਆਂ ਅੱਗੇ, ਤੇ ਐਤਕੀ ਆਪਾਂ ਭੂਰਿਆਂ ਚ ਉੱਤੇ ਲੈ ਕੇ ਭੂਰੇ ਦੇ ਭੂਰਿਆਂ ਸਵਾਇਆ ਕਰਾਂਗੀਆਂ। ਉਹ ਥੋੜੇ ਚਿਰ ਬਾਅਦ ਆ ਗਏ ਲੈ ਕੇ ਆਦਾ ਸੰਸ ਨੇੜਾ ਕੈਂਚੀਆਂ ਕੁੰਚੀਆਂ ਭੇਡਾਂ ਮੁੰਨਣ ਲੱਗ ਗਏ ਆ ਕੇ, ਉਹ ਕਹਿੰਦੇ ਇਹ ਕੀ? ਉਹ ਕਹਿੰਦੇ ਤੁਹਾਨੂੰ ਇਹਨਾਂ ਨੇ ਕੰਬਲ ਬਣਾ ਕੇ ਦੇਣੇ ਆ। ਉਹ ਫਿਰ ਪਿੱਟ ਉੱਠੀਆਂ, ਪਤਾ ਫਿਰ ਵੀ ਨਹੀਂ ਲੱਗਿਆ, ਕਈਆਂ ਨੂੰ ਤਾਂ ਫਿਰ ਵੀ ਨਹੀਂ, ਮਾੜੀਆਂ ਮੋਟੀਆਂ ਜਿਹੜਾ ਸਮਝਦਾਰ ਸੀ ਉਹ ਭੇਡਾਂ ਸਮਝ ਗਈਆਂ, ਕਈਆਂ ਨੂੰ ਫਿਰ ਵੀ ਨਹੀਂ ਪਤਾ ਲੱਗਿਆ ਵੀ ਸਾਡੀ ਉੱਨ ਮੁੰਨ ਕੇ, ਸਾਨੂੰ ਹੀ ਮੁੰਨ ਕੇ, ਸਾਨੂੰ ਕੱਟ ਵੱਢ ਕੇ ਸਾਡੇ ਦੀ ਕੰਬਲ ਦੇਣ ਨੂੰ ਫਿਰਦੇ ਆ। ਇਹ ਗੱਲ ਭਰਾਵੋ ਪੰਜਾਬ ਦੇ ਲੋਕਾਂ ਦੀ ਹੋਈ ਖੜੀ ਹੈ, ਸਾਨੂੰ ਸਮਝ ਨਹੀਂ ਪੈਂਦੀ ਇਹਨਾਂ ਗੱਲਾਂ ਦੀ ਕਿ ਸਾਡੇ ਨਾਲ ਵਾਪਰ ਕੀ ਰਿਹਾ। ਇਹ ਛੋਟੀਆਂ ਛੋਟੀਆਂ ਗੱਲਾਂ ਤੇ, ਨਿੱਜੀ ਗਰਜਾਂ ਤੇ, ਆ ਲਾਈਟ ਆ ਗਈ ਜੀ, ਆ ਜੀ ਬਿੱਲ ਮਾਫ਼ ਹੋ ਗਿਆ ਜੀ, ਆ ਬੱਸਾਂ ਦਾ ਸਫ਼ਰ ਮਾਫ਼ ਹੋ ਗਿਆ ਜੀ, ਕਿਰਾਇਆ ਮੁਫ਼ਤ ਹੋ ਗਿਆ ਜੀ, ਅਸੀਂ ਇਹਨਾਂ ਗੱਲਾਂ ਦੇ ਖੁਸ਼ ਹੋਣ ਵਾਲੇ ਹਾਂ। ਜਿਹੜੇ ਵੱਡੇ ਮਸਲੇ ਅੱਜ ਵਾਪਰ ਰਹੇ ਨੇ, ਜਿਹਦਾ ਖਮਿਆਜਾ ਅਸੀਂ ਆਉਣ ਵਾਲੇ ਸਮੇਂ ਚ ਭੁਗਤਣਾ, ਭਰਨਾ, ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਭੁਗਤਣਾ, ਉਹਦੇ ਬਾਰੇ ਸੋਚ ਲਿਆ ਕਰੋ ਕੀ ਵਾਪਰ ਰਿਹਾ ਹੈ। ਇਹ ਮੈਂ ਤੁਹਾਨੂੰ ਬਹੁਤ ਵਾਰੀ ਕਿਹਾ, ਗੱਲਾਂ ਦਾ ਜਾਦੂਗਰ ਹੈ, ਗੱਲਾਂ ਦੇ ਨਾਲ ਤੁਹਾਡੇ ਦਿਮਾਗ ਨਾਲ ਖੇਡ ਰਿਹਾ ਹੈ। ਹੁਣ ਜੇ ਐਡਾ ਵੱਡਾ ਇਹ ਪੰਜਾਬ ਦਾ ਦਰਦੀ ਹੈ ਤਾਂ ਹੋਰ ਕਹੇ ਆਪਣੇ ਆਕਾ ਨੂੰ, ਆਪਣੇ ਕੇਜਰੀਵਾਲ ਨੂੰ, ਕਿ ਜਿਹੜਾ ਸਾਂਝਾ ਸਿਵਲ ਕੋਡ ਤੂੰ ਹਮਾਇਤ ਕਰ ਰਿਹਾ ਉਹਦੀ,
ਕੁੱਲ ਘੱਟ ਗਿਣਤੀਆਂ ਦੇ ਉੱਤੇ ਖਿਲਾਫ ਹੈ, ਸਿੱਖਾਂ ਦੇ ਖਿਲਾਫ ਹੈ। ਤੂੰ ਆਨੰਦ ਮਹਿਰਜ ਐਕਟ ਦੀ ਗੱਲ ਕਰਦਾ ਲੈ ਕਰਾ ਲਾਗੂ, ਜੇ ਸਾਂਝਾ ਸਿਵਲ ਕੋਡ ਲਾਗੂ ਹੋ ਜਾਂਦਾ ਉਹਨਾਂ ਨੇ ਸਾਰਾ ਕੁਛ ਇੱਕੋ ਇੱਕੋ ਹੀ ਲਾਗੂ ਕਰ ਦੇਣਾ ਪੂਰੇ ਮੁਲਕ ਦੇ ਅੰਦਰ। ਇਸ ਕਰਕੇ ਤੁਹਾਨੂੰ ਅਪੀਲ ਆ ਕਿ ਪਾਰਟੀਆਂ ਤੋਂ ਉੱਪਰ ਉੱਠ ਕੇ ਮੇਰਾ ਵੀ ਇਹ ਜਿਹੜੇ ਮਸਲੇ ਨੇ, ਇੱਕ ਲਿਖਦਾ ਕਹਿੰਦਾ ਚੰਗੇ ਕੰਮ ਦੀ ਤਾਰੀਫ ਨਾ ਕਰੀ, ਉਹ ਚੰਗਾ ਨਹੀਂ ਹੈਗਾ, ਇਹ ਤਾਂ ਆਮ ਕੰਮ ਨੇ ਜਿਹੜੇ ਤੁਸੀਂ ਸਮਝੀ ਬੈਠੋ, ਲਾਈਟ ਆ ਗਈ ਅਸੀਂ ਤਾਂ ਖੁਸ਼ ਹਾਂ, ਇਹ ਚੰਗੇ ਕੰਮ ਨੇ ਜਿਹੜੇ ਇਹਦੀ ਆੜ ਦੇ ਵਿੱਚ ਵੱਡਾ ਤੁਹਾਡਾ ਨੁਕਸਾਨ ਕਰ ਰਹੇ ਆ, ਉਹ ਸੋਚੋ, ਅੱਖਾਂ ਤੇ ਪੱਟੀ ਨਾ ਬੰਨੋ, ਦਿਮਾਗ ਨਾ ਬੰਦ ਕਰੋ, ਸਾਰੇ ਬੰਦੇ ਲਿਆ ਕੇ ਇਹ ਬਾਹਰੋਂ ਫਿੱਟ ਕਰੀ ਜਾਂਦੇ ਆ ਕੁੱਲ ਵੱਡੇ ਅਹੁਦਿਆਂ ਦੇ ਉੱਤੇ, ਜਿੰਨੀਆਂ ਵੱਡੀਆਂ ਪੋਸਟਾਂ ਨੇ ਪੰਜਾਬ ਦੀਆਂ, ਚੇਅਰਮੈਨਾਂ ਦੀਆਂ, ਵੀਸੀਆਂ ਦੀਆਂ, ਡਾਇਰੈਕਟਰਾਂ ਦੀਆਂ, ਸਾਰੀਆਂ ਦਿੱਲੀ ਤੋਂ ਲਿਆ ਕੇ ਬੰਦੇ ਫਿੱਟ ਕਰੀ ਜਾਂਦੇ ਆ। ਆਪ ਹੁਣ ਇਹਨਾਂ ਨੇ ਇੱਕ ਰਿਜ਼ਲਟ ਕੱਢਿਆ, ਉਹਦਾ ਵੀ ਤੁਹਾਨੂੰ ਮੇਰੇ ਕੋਲ ਅੰਕੜੇ ਆਇਆ, ਮੈਂ ਉਹ ਵੀ ਤੁਹਾਨੂੰ ਦੱਸੂੰਗਾ। ਜਿਹੜੇ ਵੈਟਨਰੀ ਰੱਖੇ ਨੇ ਬੰਦੇ, ਵੈਟਨਰੀ ਇੰਸਪੈਕਟਰ ਰੱਖੇ ਨੇ, ਕੁਛ ਹੋਰ ਰੱਖੇ ਨੇ, 60% 65% ਬੰਦੇ ਬਾਹਰਲੇ ਲਿਆ ਕੇ ਰੱਖ ਲਏ, ਰਿਜ਼ਲਟ ਕੱਲ ਹੀ ਆਇਆ ਹਲੇ। ਤਾਂ ਤੁਹਾਨੂੰ ਕਹਿਣਾ ਇਸ ਗੱਲ ਤੇ ਮੇਰਾ ਵੀਰ ਗੌਰ ਕਰੋ, ਬੜੀ ਖਤਰਨਾਕ ਜਿਹੜੀ ਸਥਿਤੀ ਪੰਜਾਬ ਦੀ ਬਣੀ ਖੜੀ ਆ, ਸਾਡੀ ਨੌਜਵਾਨੀ ਬਾਹਰ ਨੂੰ ਭੱਜ ਰਹੀ ਆ, ਪੰਜਾਬ ਖਾਲੀ ਹੋ ਰਿਹਾ, ਕੁੱਲ ਸਿਸਟਮ ਦੇ ਉੱਤੇ, ਕੁੱਲ ਕਾਰੋਬਾਰ ਦੇ ਉੱਤੇ, ਨੌਕਰੀਆਂ ਦੇ ਉੱਤੇ, ਰੁਜ਼ਗਾਰ ਦੇ ਉੱਤੇ, ਤੁਹਾਡੀ ਜ਼ਮੀਨਾਂ ਦੇ ਉੱਤੇ ਬਾਹਰਲਿਆਂ ਦੇ ਕਬਜ਼ੇ ਹੋ ਰਹੇ ਆ। ਸੋ ਇਸ ਕਰਕੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਸ ਕਰਕੇ ਮੈਂ ਤੁਹਾਨੂੰ ਲੱਗਦਾ ਕਿ ਮੈਂ ਭਵੰਤ ਜਾ, ਮੈਂ ਤੁਹਾਡੇ ਕੇਜਰੀਵਾਲ ਦੇ ਖਿਲਾਫ਼ ਬੋਲਣਾ, ਤੁਹਾਨੂੰ ਐ ਲੱਗਦਾ ਕਿ ਵਿਰੋਧ ਕਰਦਾ, ਮੈਂ ਇਹਨਾਂ ਨਾਲ ਮੇਰਾ ਨਿੱਜੀ ਵਿਰੋਧ ਨਹੀਂ ਆ, ਜੋ ਇਹ ਨੁਕਸਾਨ ਕਰ ਰਿਹਾ ਭਵੰਤ ਮਾਨ ਪੰਜਾਬ ਦਾ, ਮੈਂ ਉਹਦੀ ਗੱਲ ਕਰਦਾ। ਇਹ ਸੋਚੋ ਇਹ ਨੁਕਸਾਨ ਬੜਾ ਸਾਨੂੰ ਭਾਰੂ ਪੈਣਾ। ਸੋ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਸਾਂਝੇ ਸਿਵਲ ਕੋਡ ਦੀ, ਮੇਰਾ ਵੀਰੇ ਗੱਲ ਨੂੰ ਸਮਝਿਆ ਕਰੋ, ਨੌਜਵਾਨ ਨੂੰ ਤੁਹਾਨੂੰ ਅਪੀਲ ਕਰਦਾ, ਇਹ ਜਿਹੜੀਆਂ ਗੱਲਾਂ ਵਾਪਰ ਰਹੀਆਂ ਨੇ ਮੁਲਕ ਦੇ ਅੰਦਰ, ਕੌਣ ਲਾਗੂ ਕਰਾ ਰਿਹਾ, ਅੱਜ ਇਹਨਾਂ ਨੇ ਠੋਕ ਕੇ ਹਮਾਇਤ ਕੀਤੀ ਹੈ, ਇਹ ਤੁਹਾਡੀ ਬੋਕਰ ਪਾਰਟੀ ਨੇ ਕਿ ਅਸੀਂ ਸਾਂਝੇ ਸਿਵਲ ਯੂਨੀਵਰ ਜਿਹੜਾ ਸਿਵਲ ਕੋਡ ਆ ਉਹਦੇ ਹੱਕ ਚ, ਇਹਨਾਂ ਦਾ ਜਵਾਬ ਮੰਗਿਓ ਕਿ ਕੀ ਫਿਰ ਸਾਡੇ ਆਨੰਦ ਮੈਰਿਜ ਐਕਟ, ਸਾਡੇ ਰੀਤੀ, ਸਾਡੇ ਰਿਵਾਜ, ਸਾਡਾ ਸੱਭਿਆਚਾਰ ਜਿਉਂਦਾ ਰਹੂਗਾ ਜੇ ਇਹ ਲਾਗੂ ਹੋ ਜਾਂਦਾ ਤਾਂ। ਸੋ ਗੱਲਾਂ ਤੇ ਗੌਰ ਕਰਿਆ ਕਰੋ ਮੇਰਾ ਵੀਰ, ਜੋ ਮੈਂ ਕਿਹਾ ਇਹਨੂੰ ਆਪਣੇ ਦਿਮਾਗ ਨਾਲ ਸੋਚਿਓ, ਫਿਰ ਆਪਣੇ ਤੇ ਲਾਗੂ ਵੀ ਕਰੋ, ਤੇ ਇਸ ਗੱਲ ਨੂੰ ਸਮਝੋ ਗੱਲ ਹੋ ਕੀ ਰਹੀ ਹੈ, ਵਾਪਰ ਕੀ ਰਹੀ ਹੈ, ਤੇ ਸਾਰੇ ਇਕੱਠੇ ਹੋ ਕੇ ਇਸ ਗੱਲ ਦਾ ਆਪਾਂ ਧੜਿਆਂ ਪਾਰਟੀਆਂ ਤੋਂ ਉੱਪਰ ਉੱਠ ਕੇ, ਜਿਹੋ ਜਿਹੇ ਕਾਨੂੰਨ ਆਉਂਦੇ ਆ ਇਹ ਬੜੇ ਖਤਰਨਾਕ ਕਾਨੂੰਨ ਹੈ, ਇਹਦਾ ਵਿਰੋਧ ਕਰੀਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ।